ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਿਉਂ ਬੋਲਾਵੇਂ ਤਿਉਂ ਬੋਲੇ ਸੁਆਮੀ ਕੁਦਰਤ ਕੌਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੂਹੀ ਲਲਿਤ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ ਪਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ ਹੱਥ ਨਾਲਾਂ ਇੱਕ ਸੁੰਬੜੈ ਜਲ ਜਾਸੀ ਟੋਲਾ ਹੱਥ ਨਾਲਾਂ ਇੱਕ ਸੁੰਬੜੈ ਜਲ ਜਾਸੀ ਟੋਲਾ ਰਹਾਉ ਇੱਕ ਆਪੀ ਨਹਿ ਪਤਲੀ ਸ਼ਹਿ ਕੇਰੇ ਬੋਲਾ ਦੁੱਧਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ ਕਹਿ ਫਰੀਦ ਸਹੇਲੀ ਹੋ ਸ਼ੈ ਅਲਾਇਸੀ ਹੰਸ ਚਲਸੀ ਡੁੰਮਨਾ ਇਹ ਤਨ ਤੇਰੀ ਥੀਸੀ ਕਹਿ ਫਰੀਦ ਸਹੇਲੀ ਹੋ ਸ਼ੈ ਅਲਾਇਸੀ ਹੰਸ ਚਲਸੀ ਡੁੰਮਨਾ ਇਹ ਤਨ ਤੇਰੀ ਥੀਸੀ ਜੇ ਕੇ ਚੈਨਲ ਇੱਕ ਬਾਣੀ ਰਾਹੀਂ ਆਪਣੇ ਘਰ ਪਰਿਵਾਰਾਂ ਵਿੱਚ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀ ਨਿੱਤ ਗੁਰੂ ਸ਼ਬਦ ਦੇ ਵਿਚਾਰ ਅਤੇ ਹੋਰ ਧਾਰਮਿਕ ਪ੍ਰੋਗਰਾਮ ਨਾਲ ਸਾਂਝ ਪਾਉਂਦੇ ਹੋ ਆਓ ਇਸ ਪਾਵਨ ਸ਼ਬਦ ਦੀ ਵਿਚਾਰ ਨਾਲ ਸਾਂਝ ਪਾਈਏ ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ੀ ਅਕਾਲ ਪ੍ਰਤੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਸ਼ਬਦ ਜਿਸ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ ਸ਼ੇਖ ਫਰੀਦ ਜੀ ਅਤੇ ਪਾਵਨ ਬੁਖਾਰ ਬਿੰਦ ਤੋਂ ਉਚਾਰਿਆ ਹੋਇਆ ਰਾਗ ਸੂਹੀ ਲਲਿਤ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ 794 'ਤੇ ਸੁਭਾਈਮਾਨ ਹੈ ਇਸ ਪਾਵਨ ਸ਼ਬਦ ਦਾ ਕੇਂਦਰੀ ਭਾਵ ਭਾਵ ਮੁੱਖ ਭਾਵ ਜੋ ਰਾਹੂ ਦੀ ਪੰਕਤੀ ਵਿੱਚ ਹੋਇਆ ਕਰਦਾ ਹੈ ਹੱਥ ਨਾਲ ਨਾ ਇੱਕ ਸੁੰਬੜੈ ਜਲ ਜਾਸੀ ਟੋਲਾ ਟੋਲਾ ਤੂੰ ਭਾਵ ਮੇਰੇ ਪਿਆਰੇ ਮਿੱਤਰਾ ਫਰੀਦ ਜੀ ਸੰਸਾਰ ਦੇ ਜੀਵਨ ਨੂੰ ਬੜੇ ਪਿਆਰ ਨਾਲ ਪਿਆਰਾ ਮਿੱਤਰ ਕਹਿ ਕੇ ਸੰਬੋਧਨ ਕਰਦੇ ਨੇ ਕਿ ਹੱਥ ਨਾਲ ਨਾ ਇੱਕ ਸੁੰਬੜੈ ਜਲ ਜਾਸੀ ਟੋਲਾ ਪਾਈ ਕਸੂਬੇ ਨੂੰ ਹੱਥ ਨਾਲ ਲਾਈ ਕਸੂਬੇ ਨੂੰ ਹੱਥ ਨਾਲ ਪਾਈ ਹੱਥ ਜਲ ਜਾਵੇਗਾ ਇਸ ਸ਼ਬਦ ਦੀ ਖਾਸ ਕਰਕੇ ਇਸ ਪੰਕਤੀ ਦੀ ਵਿਚਾਰ ਕਰਦਿਆਂ ਵਿਦਵਾਨਾਂ ਨੇ ਇਹ ਅਰਥ ਵੀ ਕੀਤੇ ਨੇ ਕਿ ਆਮ ਪੰਜਾਬੀ ਮੁਹਾਵਰਾ ਹੈ ਕਿ ਫੁੱਲ ਸੜ ਗਿਆ ਇਸ ਲਈ ਕਸੁੰਬੇ ਇੱਕ ਫੁੱਲ ਦੀ ਉਪਮਾ ਦਿੱਤੀ ਗਈ ਹੈ ਇਸ ਸ਼ਬਦ ਦੇ ਵਿੱਚ ਇਸ ਲਈ ਇਹ ਅਰਥ ਵੀ ਕੀਤੇ ਗਏ ਹਨ ਬਈ ਕਸੁੰਬੇ ਦੇ ਫੁੱਲ ਨੂੰ ਹੱਥ ਨਾ ਪਾਈ ਫੁੱਲ ਸੜ ਜਾਵੇਗਾ ਪਰ ਦਾਸ ਇਸ ਵਿਚਾਰ ਨਾਲ ਕੋਈ ਮਨ ਸਹਿਮਤ ਨਹੀਂ ਕਰ ਸਕਿਆ ਕਿਉਂਕਿ ਜਦੋਂ ਵੀ ਚੇਤਾਵਨੀ ਦਿੱਤੀ ਜਾਂਦੀ ਹੈ ਕਿਸੇ ਵਿਅਕਤੀ ਨੂੰ ਤਾਂ ਉਸਦੇ ਕਿਸੇ ਨੁਕਸਾਨ ਨੂੰ ਮੱਦੇਨਜ਼ਰ ਰੱਖਦੇ ਹੋਇਆਂ ਉਸਦਾ ਕੋਈ ਨੁਕਸਾਨ ਹੁੰਦਾ ਵੇਖ ਕੇ ਅਸੀਂ ਉਸਨੂੰ ਚੇਤਾਵਨੀ ਦਿੰਦੇ ਹਾਂ ਵੀ ਇਸ ਕੰਮ ਤੋਂ ਤੂੰ ਬਾਜ਼ ਆ ਜਾ ਮਿਸਾਲ ਦੇ ਤੌਰ 'ਤੇ ਸਾਡੇ ਘਰ ਵਿੱਚ ਅਗਰ ਕੋਈ ਅਣਜਾਣ ਵਿਅਕਤੀ ਕਿਸੇ ਤਾਰ ਨੂੰ ਪਕਣ ਲੱਗਦਾ ਹੈ
ਅਸੀਂ ਅਗਰ ਅਚਾਨਕ ਤਰਾ ਕੇ ਘਬਰਾ ਕੇ ਉਸਨੂੰ ਆਵਾਜ਼ ਮਾਰਦੇ ਹਾਂ, ਉਹ ਹੱਥ ਨਾਲ ਲਾਈ, ਕਿਉਂਕਿ ਸਾਨੂੰ ਪਤਾ ਹੈ ਕਿ ਤਾਰ ਥਾਂ ਥਾਂ ਤੋਂ ਇਹ ਕਰੈਕ ਹੈ, ਇਹ ਨੰਗੀ ਹੈ, ਹੱਥ ਲਾਉਣ ਨਾਲ ਇਸਨੂੰ ਬਿਜਲੀ ਦਾ ਕਰੰਟ ਲੱਗ ਸਕਦਾ ਹੈ। ਇਸ ਲਈ ਅਸੀਂ ਉਸਨੂੰ ਚੇਤਾਵਨੀ ਦਿੰਦੇ ਹਾਂ ਵੀ ਤਾਰ ਨੂੰ ਹੱਥ ਨਾਲ ਲਾਈ, ਕਿਉਂਕਿ ਤਾਰ ਨੂੰ ਹੱਥ ਲਾਉਣ ਨਾਲ ਤਾਰ ਦਾ ਕੁਝ ਨਹੀਂ ਵਿਗੜਨਾ, ਤਾਰ ਲਈ ਕੋਈ ਚੇਤਾਵਨੀ ਨਹੀਂ ਹੈ, ਇਹ ਚੇਤਾਵਨੀ ਵਿਅਕਤੀ ਲਈ ਹੈ ਕਿ ਉਹ ਤਾਰ ਨੂੰ ਹੱਥ ਲਾਵੇਗਾ ਉਸਨੂੰ ਬਿਜਲੀ ਦਾ ਕਰੰਟ ਲੱਗ ਸਕਦਾ ਹੈ। ਇਸੇ ਤਰ੍ਹਾਂ ਅੱਜ ਕੱਲ੍ਹ ਤਾਂ ਅਸੀਂ ਸਾਡੀਆਂ ਸੁਹਾਣੀਆਂ ਘਰਾਂ ਦੇ ਵਿੱਚ ਗੈਸ ਦੇ ਚੁੱਲ੍ਹਿਆਂ 'ਤੇ ਰੋਟੀ ਬਣਾਉਂਦੀਆਂ ਨੇ, ਪਰ ਉਹ ਸਮਾਂ ਸੀ ਜਦੋਂ ਲੱਕੜਾਂ ਬਾਲ ਕੇ ਇੰਧਨ ਬਾਲ ਕੇ ਰੋਟੀ ਤਿਆਰ ਕੀਤੀ ਜਾਂਦੀ ਸੀ, ਖਾਣਾ ਤਿਆਰ ਕੀਤਾ ਜਾਂਦਾ ਸੀ। ਅਤੇ ਜੇ ਕਿਤੇ ਚੁੱਲ੍ਹੇ ਵਿੱਚੋਂ ਕੋਈ ਅੱਗ ਦਾ ਅੰਗਾਰਾ ਟਿੱਕ ਕੇ ਬਾਹਰ ਆ ਜਾਏ, ਮਾਂ ਦੇ ਪਾਸ ਬੈਠਾ ਅਣਜਾਣ ਬੱਚਾ ਜਿਸ ਨੂੰ ਇਹ ਗਿਆਨ ਨਹੀਂ ਸੀ ਹੁੰਦਾ ਕਿ ਅੰਗਾਰਾ ਇਹ ਕੋਈ ਫੁੱਲ ਨਹੀਂ ਹੈ ਲਾਲ ਰੰਗ ਦਾ ਜਾਂ ਕੋਈ ਖਾਣ ਦੀ ਵਸਤੂ ਨਹੀਂ ਹੈ, ਸਗੋਂ ਇਹ ਅੱਗ ਦਾ ਅੰਗਾਰਾ ਹੱਥ ਜਲਾ ਸਕਦਾ ਹੈ, ਉਸ ਅੰਗਾਰੇ ਨੂੰ ਕੋਈ ਫੁੱਲ ਸਮਝ ਕੇ ਜਾਂ ਖਾਣ ਦਾ ਪਦਾਰਥ ਸਮਝ ਕੇ ਅੱਗੇ ਹੱਥ ਵਧਾਉਂਦਾ ਅੰਗਾਰੇ ਨੂੰ ਫੜਨ ਵਾਸਤੇ, ਅਤੇ ਉਸ ਟਾਈਮ ਵੀ ਮਾਂ ਬੜਾ ਤਰਾਹ ਖਾ ਕੇ ਚੇਤਾਵਨੀ ਦਿੰਦੀ, ਉਹ ਹੱਥ ਨਾਲ ਲਾਈ, ਹੱਥ ਜਲ ਜਾਵੇਗਾ, ਕਿਉਂਕਿ ਅੰਗਾਰਾ ਹੈ ਬੱਚੇ ਨੂੰ ਗਿਆਨ ਨਹੀਂ, ਪਰ ਮਾਂ ਨੂੰ ਗਿਆਨ ਹੈ ਕਿ ਇਸ ਨੂੰ ਇੱਕ ਆਪਣੀ ਖੇਡਣ ਦੀ ਚੀਜ਼ ਸਮਝ ਕੇ ਜਾਂ ਖਾਣ ਦੀ ਚੀਜ਼ ਸਮਝ ਕੇ ਪਕੜਨਾ ਚਾਹੁੰਦਾ ਹੈ, ਪਰ ਇਸਨੂੰ ਇਹ ਨਹੀਂ ਪਤਾ ਕਿ ਜੇ ਇਹਨੂੰ ਹੱਥ ਪਾ ਲਿਆ ਤਾਂ ਫਿਰ ਇਹਨੂੰ ਚੀਂਗ ਝਾੜਾ ਪਾਉਣਾ ਪਵੇਗਾ ਜਦੋਂ ਇਹਦਾ ਹੱਥ ਜਲੇਗਾ। ਉਹ ਫਿਰ ਦੁਬਾਰਾ ਹੱਥ ਪਾਉਣ ਦੀ ਕੋਸ਼ਿਸ਼ ਕਰਦਾ, ਮਾਂ ਰੁਕਦੀ ਹੈ, ਮਾਂ ਫਿਰ ਇੱਕ ਉਲਝ ਜਿਹੀ ਧੱਫੀ ਮਾਰ ਕੇ ਕਹਿੰਦੀ ਉਹ ਚੱਲਿਆ, ਅੰਗਾਰਾ ਫੜੇਗਾ, ਹੱਥ ਸਾੜੇਗਾ ਆਪਣਾ। ਉਹ ਮਾਂ ਵੱਲ ਨਜ਼ਰ ਕਰਕੇ ਵੇਖਦਾ ਇਹ ਮੇਰੀ ਮਾਂ ਕੀ ਕਰਦੀ ਹੈ, ਇਹ ਸੋਹਣੀ ਜਿਹੀ ਚੀਜ਼ ਮੈਨੂੰ ਪਕੜਨ ਕਿਉਂ ਨਹੀਂ ਦਿੰਦੀ, ਮੈਂ ਇਸ ਨਾਲ ਖੇਡਾਂ। ਪਰ ਉਹਨੂੰ ਇਹ ਨਹੀਂ ਪਤਾ ਕਿ ਉਸਨੂੰ ਗਿਆਨ ਨਹੀਂ, ਮਾਂ ਨੂੰ ਗਿਆਨ ਹੈ, ਇਸ ਲਈ ਉਸ ਅੰਗਾਰੇ ਨੂੰ ਹੱਥ ਨਹੀਂ ਪਾਉਣ ਦਿੰਦੀ, ਉਹ ਚੇਤਾਵਨੀ ਦਿੰਦੀ ਹੈ ਉਹ ਹੱਥ ਨਾਲ ਲਾਈ, ਅੰਗਾਰਾ ਨਾ ਫੜੀ। ਕਈ ਵਾਰ ਮਕਾਨ ਦੇ ਆਂਗਣ ਵਿੱਚ ਵਿਹੜੇ ਵਿੱਚ ਇੱਕ ਟੇਢੀ ਮੇਢੀ ਚਾਲ ਚੱਲਦੀ ਚੀਜ਼ ਬੜੀ ਖੂਬਸੂਰਤ ਤੇਤਰੀ ਮੇਤਰੀ ਸਾਹਮਣੇ ਆਉਂਦੀ ਹੈ, ਬੱਚਾ ਉਸਨੂੰ ਵੀ ਕੋਈ ਆਪਣਾ ਖੇਡਣ ਦਾ ਪਦਾਰਥ ਸਮਝ ਕੇ ਹੱਥ ਪਾਉਣ ਦੀ ਕੋਸ਼ਿਸ਼ ਕਰਦਾ, ਪਕੜਨ ਦੀ ਕੋਸ਼ਿਸ਼ ਕਰਦਾ, ਫਿਰ ਵੀ ਮਾਂ ਚੇਤਾਵਨੀ ਦਿੰਦੀ ਹੈ ਜਾਂ ਕੋਈ ਵੱਡਾ ਘਰ ਦਾ ਚੇਤਾਵਨੀ ਦਿੰਦਾ, ਉਹ ਹੱਥ ਨਾਲ ਲਾਈ, ਇਹਨੂੰ ਹੱਥ ਨਾਲ ਲਾਈ। ਉਹ ਚੇਤਾਵਨੀ ਬੱਚੇ ਨੂੰ ਹੈ ਵੀ ਤੇਰੇ ਹੱਥ ਲਾਉਣ ਨਾਲ ਤੈਨੂੰ ਕੋਈ ਨੁਕਸਾਨ ਪਹੁੰਚਾਉਣਾ ਹੈ, ਉਸ ਚੀਜ਼ ਨੂੰ ਨਹੀਂ। ਉਹ ਕਹਿੰਦੇ ਉਹ ਹੱਥ ਨਾਲ ਪਈਏ ਸੱਪ ਹੈ, ਇਹ ਤੈਨੂੰ ਡੰਗ ਮਾਰ ਦੇਵੇਗਾ। ਬੱਚੇ ਨੂੰ ਕੀ ਪਤਾ, ਉਹ ਤਾਂ ਸਮਝਦਾ ਬੜੀ ਖੂਬਸੂਰਤ ਕੋਡੀਆਂ ਵਾਲਾ ਰੰਗ ਹੈ, ਬੜੀ ਟੇੜੀ ਮੇੜੀ ਚਾਲ ਚੱਲਦਾ ਆ ਰਿਹਾ, ਮੈਂ ਇਸਨੂੰ ਪਕੜਨਾ ਜਾ ਕੇ। ਤੋ ਇਸ ਅਵਸਥਾ ਨੂੰ ਭਾਈ ਗੁਰਦਾਸ ਜੀ ਨੇ ਕਿਹਾ, ਜੈਸੇ ਇਹ ਅਗਨ ਕੋ ਬਾਲਕ ਬਿਲੋਗ ਧਾਵੈ, ਗਹਿ ਗਹਿ ਰਾਖਿਆ ਮਾਤਾ ਸੁਤ ਬਿਲ ਲਾਤ ਹੈ। ਇਹ ਮੈਨੇ ਸੱਪ ਅਤੇ ਅਗਨ ਮੈਨੇ ਅੱਗ, ਜੈਸੇ ਇਹ ਅਗਨ ਕੋ, ਜਿਵੇਂ ਅੱਗ ਅਤੇ ਸੱਪ ਨੂੰ ਬੱਚਾ ਪਕੜਨਾ ਚਾਹੁੰਦਾ, ਬਾਲਕ ਬਿਲੋਗ ਧਾਵੈ, ਬੱਚਾ ਬਿਲੋਗ ਕਰਕੇ ਦੌੜਦਾ ਹੈ, ਉਦਮ ਕਰਕੇ ਪਕੜਨਾ ਚਾਹੁੰਦਾ ਹੈ, ਪਰ ਗਹਿ ਗਹਿ ਰਾਖਿਆ ਮਾਤਾ, ਗਹਿ ਗਹਿ ਰਾਖਿਆ ਮੈਨੂੰ ਪਕੜ ਪੁੜ ਕੇ ਮਾਂ ਰੋਕਦੀ ਹੈ ਵੀ ਇਸ ਚੀਜ਼ ਨੂੰ ਹੱਥ ਨਾਲ ਲਾਈ। ਸੁਤ ਬਿਲ ਲਾਤ ਹੈ, ਬੱਚਾ ਬਿਲ ਲਾਉਂਦਾ ਹੈ ਕਿ ਮੈਨੂੰ ਪਕੜਨ ਕਿਉਂ ਨਹੀਂ ਦਿੰਦੀ, ਉਹ ਜ਼ਿੱਦ ਕਰਦਾ, ਪਰ ਉਸਨੂੰ ਪਤਾ ਨਹੀਂ ਕਿ ਉਹਦੇ ਜ਼ਿੱਦ ਪਿੱਛੇ ਉਸਦਾ ਹੀ ਨੁਕਸਾਨ ਹੈ। ਤੋ ਇਹ ਜਿਹੜੇ ਮੈਂ ਦੋ ਤਿੰਨ ਦ੍ਰਿਸ਼ਟਾਂਤ ਲਏ ਨੇ, ਇਹਨਾਂ ਵਿੱਚ ਜਿਹੜੀ ਵੀ ਚੇਤਾਵਨੀ ਹੈ ਸੱਪ ਨੂੰ ਨਹੀਂ ਹੈ, ਅੱਗ ਦੇ ਅੰਗਾਰੇ ਨੂੰ ਚੇਤਾਵਨੀ ਨਹੀਂ ਹੈ, ਉਹ ਨੰਗੀ ਤਾਰ ਨੂੰ ਚੇਤਾਵਨੀ ਨਹੀਂ, ਚੇਤਾਵਨੀ ਵਿਅਕਤੀ ਨੂੰ ਹੈ ਕਿ ਇਹਨਾਂ ਚੀਜ਼ਾਂ ਨੂੰ ਹੱਥ ਪਾਵੇਗਾ ਤੇਰਾ ਹੱਥ ਜਲ ਜਾਵੇਗਾ। ਇੱਥੇ ਇਸ ਸ਼ਬਦ ਦੇ ਵਿੱਚ ਸ਼੍ਰੀ ਜੀ ਇਹ ਮਿਸਾਲ ਦੇ ਰਹੇ ਨੇ ਕਿ ਹੱਥ ਨਾਲ ਲਾਈ ਕਸੁੰਬੜਾ। ਹੁਣ ਕਸੁੰਬਾ ਕੀ ਹੈ? ਗੁਰਬਾਣੀ ਵਿੱਚ ਕਸੁੰਬੇ ਦੀ ਵੀ ਮਿਸਾਲ ਆਈ ਹੈ ਅਤੇ ਮਜੀਠ ਦੀ ਵੀ ਮਿਸਾਲ ਆਈ ਹੈ। ਕਸੁੰਬਾ ਇੱਕ ਬਹੁਤ ਖੂਬਸੂਰਤ ਫੁੱਲ ਹੈ, ਬਹੁਤ ਸੋਹਣਾ ਰੰਗ ਹੁੰਦਾ ਹੈ, ਇਸਨੂੰ ਦੇਖ ਕੇ ਅਪਣਾਉਣ ਨੂੰ ਦਿਲ ਕਰਦਾ, ਪਰ ਇਹਦਾ ਰੰਗ ਬਹੁਤ ਕੱਚਾ ਹੁੰਦਾ, ਬਹੁਤ ਜਲਦੀ ਉੱਡ ਜਾਂਦਾ। ਇਸ ਲਈ ਫਰੀਦ ਜੀ ਨੇ ਇਸ ਸ਼ਬਦ ਵਿੱਚ ਮੋਹ ਮਾਇਆ ਦਾ ਜੋ ਰੰਗ ਹੈ ਜਿਸ ਵਿੱਚ ਅੱਜ ਦਾ ਇਨਸਾਨ ਆਪਣੀ ਜ਼ਿੰਦਗੀ ਉਲਝਾਈ ਬੈਠਾ ਹੈ, ਤਨ ਦੌਲਤ ਪਿੱਛੇ, ਮੋਹ ਮਾਇਆ ਪਿੱਛੇ, ਬਾਗ ਪਰਿਵਾਰ ਘਰ ਕੋਠਿਆਂ ਵਿੱਚ ਆਪਣੀ ਜ਼ਿੰਦਗੀ ਫਸਾਈ ਬੈਠਾ ਹੈ, ਇਸ ਮੋਹ ਮਾਇਆ ਦੇ ਰੰਗ ਨੂੰ ਫਰੀਦ ਜੀ ਨੇ ਇਸ ਸ਼ਬਦ ਦੇ ਵਿੱਚ ਕਸੁੰਬੇ ਦੇ ਰੰਗ ਦੀ ਮਿਸਾਲ ਦਿੱਤੀ ਕਿ ਇਹ ਚਾਰ ਦਿਨ ਦੀ ਖੇਡ ਹੈ, ਇਹ ਸੁੱਖ ਦਿੰਦੀ ਹੈ ਮਾਇਆ, ਲੇਕਿਨ ਕਿਹੜੇ ਵੇਲੇ ਦੁਖਦਾਈ ਬਣ ਜਾਵੇਗੀ ਇਸ ਦਾ ਕੋਈ ਪਤਾ ਨਹੀਂ ਲੱਗਦਾ। ਇਸ ਲਈ ਭਾਈ ਨਿਰਾ ਕਸੁੰਬੇ ਨੂੰ ਹੱਥ ਪਾ ਕੇ ਨਾ ਰੱਖੋ। ਇੱਥੇ ਹੱਥ ਪਾਉਣ ਤੋਂ ਖਾਲੀ ਹੱਥ ਲਾਉਣਾ ਨਹੀਂ ਹੈ ਮਾਇਆ ਨੂੰ, ਹੱਥ ਪਾਉਣ ਤੋਂ ਬਾਅਦ ਮਾਇਆ ਵਿੱਚ ਆਪਣੇ ਜੀਵਨ ਨੂੰ ਉਲਝਾ ਕੇ ਰੱਖਣਾ। ਕੋਈ ਵਿਅਕਤੀ ਅਗਰ ਕਿਸੇ ਕੁਸੰਗਤ ਵਿੱਚ ਪੈ ਜਾਏ, ਅਸੀਂ ਕਹਿੰਦੇ ਵੀ ਤੂੰ ਬੜੇ ਗਲਤ ਬੰਦੇ ਨਾਲ ਹੱਥ ਪਾ ਬੈਠੇ, ਬੜੇ ਗਲਤ ਬੰਦੇ ਨੂੰ ਹੱਥ ਮਿਲਾ ਬੈਠੇ, ਤਾਂ ਉੱਥੇ ਹੱਥ ਮਿਲਾਉਣ ਦਾ ਜ਼ਿਕਰ ਇਹ ਹੁੰਦਾ ਕਿ ਵੀ ਤੂੰ ਗਲਤ ਬੰਦੇ ਦੀ ਸੰਗਤ ਵਿੱਚ ਆਪਣਾ ਜੀਵਨ ਖੁਆਰ ਕਰ ਰਹੇ ਹੈ, ਭੈੜੇ ਪਾਸੇ ਪੈ ਗਏ, ਤਾਂ ਕਹਿੰਦੇ ਵੀ ਇਹ ਤੂੰ ਗਲਤ ਪਾਸੇ ਹੱਥ ਪਾ ਬੈਠੇ। ਕਿਸੇ ਕੰਮ ਕਾਜ ਨੂੰ ਕਿਸੇ ਐਸੇ ਧੰਦੇ ਵਿੱਚ ਕੋਈ ਬੰਦਾ ਉਲਝਿਆ ਪਿਆ ਜਿਹਦੇ 'ਚ ਉਹਦਾ ਜੀਵਨ ਖੁਆਰ ਹੋ ਰਿਹਾ, ਉਹਨੂੰ ਵੀ ਅਸੀਂ ਕਹਿੰਦੇ ਹਾਂ ਵੀ ਤੂੰ ਬੜੇ ਗਲਤ ਪਾਸੇ ਹੱਥ ਪਾ ਬੈਠੇ। ਹੱਥ ਪਾਉਣ ਤੋਂ ਮਤਲਬ ਹੈ ਆਪਣੇ ਜੀਵਨ ਨੂੰ ਕਿਸੇ ਪਾਸੇ ਉਲਝਾ ਕੇ ਰੱਖਣਾ। ਤੋ ਜਿਹਨਾਂ ਲੋਕਾਂ ਨੇ ਆਪਣਾ ਜੀਵਨ ਮੋਹ ਮਾਇਆ ਵਿੱਚ ਹੀ ਉਲਝਾ ਕੇ ਰੱਖਿਆ, ਆਪਣੇ ਜੀਵਨ ਦਾ ਮਨੋਰਥ ਪ੍ਰਭੂ ਦੀ ਪ੍ਰਾਪਤੀ ਵਾਲੇ ਪਾਸੇ ਜਿਹੜੇ ਧਿਆਨ ਨਹੀਂ ਦਿੰਦੇ, ਐਸੇ ਮਾਇਆ ਵੇਲੇ ਜੀਵ ਦਾ ਜੋ ਜੀਵਨ ਦਾ ਨਕਸ਼ਾ ਹੈ ਅਤੇ ਉਸ ਜੀਵਨ ਦੀ ਜੋ ਸਮਾਪਤੀ ਹੁੰਦੀ ਹੈ ਅਤੇ ਅੰਤ ਸਮੇਂ ਉਹਦਾ ਕੀ ਹਾਲਾਤ ਹੁੰਦੇ ਨੇ,
इस गल का जिक्र फरीद जी ने इस शब्द किया। मनमुख मुगध अयानिया रंग कसुंबा देखना भूल, कि मोह माया का रंग कसुंबे के फुल वर्गा रंग है, जो कच्चा होंदा है बहुत जल्दी उड़ जाता है। इस वास्ते तू इस पासे बहुता ध्यान न दे, माया वाले पासे जीवन ज्यादा ना उलझा। मित्र प्यारा नानक जी में छड़ गवाया रंग कसुंबा भुली। मैं एक ऐसी जीव स्त्री हाँ, ऐसा जीव आत्मा हाँ, कि मैं हे नानक जी मैं मोह माया के रंग इस कसुंबे वाले रंग चो चूए रंग देख के वो अज इंसान दखा संसार के पदार्थ सुख देख के चुंदिया गई ने। ये चमक दमक संसार की देख के इंसान संसार सारा अपने घर इकट्ठा करना चाहता है माया पिछे पिया हो, पर यह माया हुई नागनी जगत रही लपटाए। इसकी सेवा जो करे तिसी को फिर खाए। ये माया ही इंसान के जीवन को खुआर कर रही है। संसार दज जिन्नी दुख कलेश तकलीफा के कारण ने, यह बहुता कारण माया का लोभ लालची है। अनदिन भगती रत्या मन तन निर्मल होए, जेडे अनदिन दिन रात परमात्मा की भगती में रंगे होंगे ने, उन्हों का मन तन निर्मल हो जाता है। कूड़ा रंग कुसुम का बिनस जाए दुख रोए, पर माया का रंग जो कसुंबे का रंग है यह कूड़ा रंग है, यह बिनस जाता है तो दुख होंगे। यू नलिनी सुवटा क्यों मन बोरा रे, माया ए व्यवहार जैसा रंग कुसुम का मन बोरा रे, त्रिउ पसरे पासार। जिमें एक तोता नलनी विच उस जंतर विच फस जाता है जो शिकारी उसनू पकड़न वास्ते बिछांदा है, वह यह नहीं देखता कि यह मेरी जिंदगी उलझ जाएगी मैं फस जावांगा, उसनू तो बस वो चोगा ही दिसदा जो उस नलनी विच उस जंतर विच फसा के रखिया। तो इस तरह माया के सुख देख के इंसान इन्हां विच ऐसा उलझदा है कि वह कसुंबे के रंग वर्गे इस कच्चे रंग विच अपना जीवन खुआर करता। जैसा रंग कसुब का मन बौरा रे, ये चले मन जिमें कसुंबे के फुल का कच्चा रंग है, इस तरह मोह माया का सुख भी कच्चा ही है। त्यों पसरे हो पासार, ये तेरे सामने जो संसार का बहुत चमक दमक वाला पसारा खिल रहा है, ये उस वर्गा है। मैं ये माया रंग कसुम खिनमें लै जावना, ये माया का रंग जो कसुंबे का रंग है, ये माया रंग कसुंब माया का रंग कसुंबे वर्गा है। खिनमें लै जावना चलदियाँ नाल ना चल सिर पाप लै जावना। माया ने जेडे तू कर्म कर रहे हैं उल्टे पुलटे कर्म करके, तू योग अयोग तरीके माया कमा रहे हैं, माया का रास्ते तेन बहुती देरी नहीं रहना, इतने रह जानी है। पर माया कारण जो तू पाप किते ने चलदिया नाल ना चल, माया ने नाल नहीं जाना। बाबा माया साथ नो इन माया जग मोया विरला बूझा को, इन्हें नाल नहीं जाना, सिर पाप लै जावना। पर तू जे पाप किते ने माया के कारण, वह तेन नाल लैके जाना पैणगे, जिन्हों का तेन लेखा देना पैना। इसलिए इस माया के रंग जो कसुंबे का रंग है, इस पासे ज्यादा ना ध्यान दे। तो स्पष्ट है कि फरीद जी ने कसुंबे रंग की उपमा दे के इंसान नू नाम के रंग में अपने जीवन रंगने लिए प्रेरणा की है। जिमें बाणी होर भी जिक्र है, काया रंगन जे थी है प्यारे पाइया नौ मजीठ। जे जीवन में रंगना ही है तो नाम के रंग में रंगो, जो मजीठ वर्गा बड़ा गूढ़ा रंग है। मजीठ का रंग जड़ा है जे कपड़े में लग जाए कपड़ा फट जाएगा, पर रंग नहीं उतरेगा। कसुंबे के रंग के उल्ट मजीठ का रंग बड़ा पक्का रंग है। तो प्रभु के नाम भगति भाव वाला जो जीवन है, उस रंग में जो इंसान रंगया है, उसनू मजीठ के रंग में रंगया हुआ जीवन कहते हैं। काया रंगन जे थी है, जे तू जीवन नू रंगना ही है काया नू, ते पाइया नौ मजीठ, नाम रूपी मजीठ के रंग में रंग, रंगन वाला जे रंग है साहिब ऐसा रंगना डीठ। जे वाहिगुरु मेहर करके सपने रंग में रंग देवे, भगती के रंग में रंग देवे, तो ऐसा रंग फिर कि उतरदा नहीं, होर कि मिलता नहीं। हर नामा हर रंग है, हर रंग मजीठ है रंग, इस मजीठ के रंग में तू अपने आप को रंग। हर गुण जियो जल बल जाओ, मैं अपना गुर पुछ देखिया अवर ना ही थौ। हरी तू बिना जे तू माया के रंग में कसुंबे के रंग में जीवन रुझाई रखेगा तो तेरा जीवन जल बल जाएगा, खुआर हो जाएगा। माया कारण दौड़ दौड़ के तू अपना जीवन जला लेंगे। हर बिन जियो जल बल जाओ, प्रभु के नाम तू बिना जीव आत्मा सड़दा पुजदा ही रहा। अज देखो संसार को संसारी पदार्थों का कोई घाटा नहीं, अज के लोगों को सामान सौ वर्ष का एक पल की खबर नहीं। बहुत कुछ असी लोगों ने कतर कर लिया, बहुत कुछ जमा कर लिया, पर आत्म सुख नहीं है, आत्मिक शांति नहीं, अंदर की अग्नि जी इंसान की नहीं बुझदी। क्यों? हर बिन जियो जल बल जाओ, मैं अपना गुरु पूछ देखिया और ना ही था। गुरु साहब कहते हैं बड़े गुरु नूं पूछ के देख लिया, और कोई टिकाना नहीं है। जिते ये हिरदे की ठंड अग अंदर की अग्न बुझ जाए, खुनक राम खुदाया, ये संसार माया अग्न है, इतने परमात्मा का नाम ही ठंड पाने वाला। जैसी अगन उधर में तैसी बाहर माया, जिमें माँ के उधर विच सेक विच बच्चा पलदा है तो उत्थे बड़ा औखा होंदा वे कदू मेरी इतों खुलासी होवे। तो कहिंदे ने जैसी अगन उधर में माँ के उधर विच जैसी अग है तैसी बाहर माया,
ਜਨਮ ਲੈਂਦੇ ਹੋ ਬਾਹਰ ਮਾਇਆ ਵੀ ਉਹੋ ਜਿਹੀ ਅੱਗ ਵਰਗੀ ਮਾਇਆ ਨਾਲ ਪ੍ਰੀਤ ਪੈ ਜਾਂਦੀ ਹੈ। ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਹੈ ਖੇਲ ਰਚਾਇਆ, ਇਹ ਵੀ ਪ੍ਰਭੂ ਦੀ ਖੇਡ ਹੈ ਕਿ ਉਸਨੇ ਮਾਇਆ ਐਸੀ ਪੈਦਾ ਕੀਤੀ ਜਿਹੜੇ ਇਨਸਾਨ ਦੇ ਸੁੱਖਾਂ ਲਈ ਸੀ, ਪਰ ਇਨਸਾਨ ਇਸਨੂੰ ਅੱਗ ਬਣਾ ਕੇ ਆਪਣੇ ਲਈ ਸੇਲ ਲੈਂਦਾ ਹੈ। ਜਲ ਜਾਓ ਜੀਵਨ ਨਾਮ ਬਿਨਾ, ਨਾਮ ਤੋਂ ਬਿਨਾ ਜਦੋਂ ਤੁਸੀਂ ਕਸੁੰਬੇ ਦੇ ਫੁੱਲ ਨੂੰ ਹੱਥ ਪਾ ਕੇ ਰੱਖਾਂਗੇ, ਭਾਵ ਮੋਹ ਮਾਇਆ ਵੀ ਜੀਵਨ ਉਲਝਾ ਕੇ ਰੱਖਾਂਗੇ, ਅਤੇ ਜਲ ਜਾਓ ਜੀਵਨ ਨਾਮ ਬਿਨਾ, ਨਾਮ ਤੋਂ ਬਿਨਾ ਜੀਵਨ ਸੜ ਬਲ ਜਾਂਦਾ। ਹਰ ਜਪ ਜਾਪ ਜਪੂ ਜਪ ਮਾਲੀ ਗੁਰਮੁਖ ਆਵੈ ਸਾਧ ਮਾਨਾ, ਜਿਵੇਂ ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ ਨਾਮ ਜਪਾਂ ਤਾਂ ਇਹਦਾ ਮੈਨੂੰ ਬਹੁਤ ਬੜਾ ਰਸ ਆਵੇਗਾ, ਮੇਰਾ ਜੀਵਨ ਜਲਣ ਤੋਂ ਬਚ ਜਾਏਗਾ। ਜਿਸ ਪ੍ਰਤੀਤ ਨਾ ਆਵੇ ਭਾਈ ਸੋ ਜੀਅੜਾ ਜਲ ਜਾਓ। ਦੇਖੋ ਜੀਵਨ ਕਿਸ ਤਰ੍ਹਾਂ ਖੁਆਰ ਹੁੰਦਾ ਹੈ, ਜੀਵਨ ਕਿਸ ਤਰ੍ਹਾਂ ਜਲਦਾ, ਇਹ ਗੁਰਬਾਣੀ ਗੁਰੂ ਸਾਹਿਬ ਸਮਝਾ ਰਹੇ ਨੇ ਸਾਨੂੰ ਕਿ ਜਿਸ ਪ੍ਰਤੀਤ ਨਾ ਆਵੇ, ਜਿਸਨੂੰ ਆਪਣੇ ਗੁਰੂ ਦੀ ਗੱਲ 'ਤੇ ਵਿਸ਼ਵਾਸ ਨਹੀਂ ਕਿ ਉਹ ਪ੍ਰਭੂ ਦੀ ਭਗਤੀ ਨਾਲ ਜੋੜ ਰਿਹਾ, ਪ੍ਰਭੂ ਦੀ ਬੰਦਗੀ 'ਚ ਮੈਨੂੰ ਸੁੱਖ ਹੋਵੇਗਾ, ਮੈਨੂੰ ਆਨੰਦ ਹੋਵੇਗਾ, ਮੇਰਾ ਅੰਦਰ ਸ਼ਾਂਤ ਹੋਵੇਗਾ, ਜਿਸਨੂੰ ਇਹ ਪ੍ਰਤੀਤ ਨਹੀਂ ਆਇਆ, ਵਿਸ਼ਵਾਸ ਨਹੀਂ ਆਇਆ, ਸੋ ਜਿਹੜਾ ਜਲ ਜਾਓ, ਉਹ ਜੀਵ ਆਤਮਾ ਜਲਦਾ ਹੀ ਰਹੇਗਾ। ਤ੍ਰਿਸ਼ਨਾ ਅਗਲ ਜਲਾ ਸੰਸਾਰਾ, ਇਸ ਮੋਹ ਮਾਇਆ ਦੀ ਤ੍ਰਿਸ਼ਨਾ ਅੱਗ ਵਿੱਚ ਸਾਰਾ ਸੰਸਾਰ ਸੜ ਰਿਹਾ ਹੈ। ਜਲ ਜਲ ਖਪੈ ਬਹੁਤ ਵਿਕਾਰਾ, ਇਹਨਾਂ ਵਿਕਾਰਾਂ ਨੂੰ ਬਹੁਤ ਜਲ ਜਲ ਕੇ ਖਪ ਰਿਹਾ ਇਨਸਾਨ ਕਿ ਮੈਨੂੰ ਇਹ ਨਹੀਂ ਮਿਲਿਆ, ਮੈਨੂੰ ਉਹ ਨਹੀਂ ਮਿਲਿਆ। ਮਨਮੁਖ ਠੋਰ ਨਾ ਪਾਏ ਕਬੂ ਸਤਿਗੁਰ ਬੂਝ ਬਜਾਈ ਹੈ, ਇਹ ਗੁਰੂ ਨੇ ਇਹ ਗੱਲ ਸਮਝਾਈ ਕਿ ਮਨਮੁਖ ਬੰਦਾ ਉਸਨੂੰ ਕੋਈ ਠਿਕਾਣਾ ਨਹੀਂ ਮਿਲਦਾ, ਅਤੇ ਇਹ ਇਸ ਆਤਿਸ਼ ਦੁਨੀਆ, ਇਸ ਆਤਿਸ਼ ਦੁਨੀਆ ਅੱਗ ਰੂਪੀ ਦੁਨੀਆ ਦੇ ਵਿੱਚ ਹੀ ਆਪਣਾ ਜੀਵਨ ਖੁਆਰ ਕੇ ਰੱਖਦਾ, ਹੱਥ ਪਾਈ ਰੱਖਦਾ ਹੈ। ਜਿਸ ਲਈ ਫਿਰ ਜੀ ਮਨਾ ਕਰ ਰਹੇ ਨੇ ਕਿ ਹੱਥ ਨਾਲ ਇੱਕ ਸੁੰਬੜਾ ਜਲ ਜਾਸੀ ਟੋਲਾ, ਅਤੇ ਖੁਨਕ ਨਾਮ ਖੁਦਾਇਆ, ਜੋ ਖੁਦਾ ਦਾ ਨਾਮ ਪ੍ਰਭੂ ਦਾ ਨਾਮ ਠੰਡ ਪਾਉਣ ਵਾਲਾ, ਉਹਦੇ ਵਾਲੇ ਪਾਸੇ ਧਿਆਨ ਨਹੀਂ ਦਿੰਦਾ। ਜਿਸ ਨੂੰ ਵਿਸਰੈ ਪੁਰਖ ਵਿਦਾਤਾ, ਜਲਤਾ ਫਿਰਿਆ ਰਹਿ ਨਿਤ ਤਾਤਾ, ਜਿਸ ਨੂੰ ਪੁਰਖ ਪਰਮਾਤਮਾ ਭੁੱਲ ਜਾਂਦਾ, ਜਲਤਾ ਫਿਰਿਆ ਉਹ ਸੜਦਾ ਪੁੱਜਦਾ ਰਹਿੰਦਾ ਸੰਸਾਰ ਦੇ ਵਿੱਚ, ਰਹਿ ਨਿਤ ਤਾਤਾ ਹਮੇਸ਼ਾ ਗਰਮ ਹੀ ਰਹਿੰਦਾ, ਕਦੇ ਕਿਸੇ ਕ੍ਰੋਧ ਦੇ ਕਾਰਨ, ਕਦੇ ਤਿਸ਼ਨ ਦੇ ਕਾਰਨ, ਕਦੇ ਲੋਭ ਹੰਕਾਰ ਦੇ ਕਾਰਨ ਜਲਦਾ ਪੁੱਜਦਾ ਹੀ ਰਹਿੰਦਾ। ਕੱਲ ਤਾਤੀ ਠੰਡਾ ਹਰਨਾਓ, ਇਹ ਕੱਲ ਦਾ ਸਮਾਂ, ਕੱਲਾ ਕਲੇਸ਼ ਭਰਿਆ ਸਮਾਂ, ਇਹ ਬਹੁਤ ਗਰਮ ਹੈ। ਕੱਲ ਤਾਤੀ ਠੰਡਾ ਹਰਨਾਓ, ਪਰਮਾਤਮਾ ਨਾਮ ਠੰਡਾ ਹੈ, ਸਿਮਰ ਸਿਮਰ ਸਦਾ ਸੁੱਖ ਪਾਓ, ਮੈਂ ਪਰਮਾਤਮਾ ਨਾਮ ਸਿਮਰ ਸਿਮਰ ਕੇ ਸਦਾ ਸੁੱਖ ਪਾ ਸਕਦਾ। ਅਨਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤਨਾ ਕਾਮਾ, ਇਨਸਾਨ ਦੁਨੀਆਵੀ ਪਦਾਰਥਾਂ ਦੇ ਭੋਗਾਂ ਬਿਲਾਸਾਂ ਦੇ ਵਿੱਚ ਬਹੁਤ ਕੁਝ ਕਰਦਾ, ਅਨਕ ਬਿਲਾਸ ਕਰਤ ਮਨ ਮੋਹਨ ਬੜਾ ਕਰਦਾ ਹੈ, ਪੂਰਨ ਹੋਤਨਾ ਕਾਮਾ, ਪਰ ਜ਼ਿੰਦਗੀ ਦਾ ਅਸਰ ਕੰਮ ਪੂਰਨ ਨਹੀਂ ਹੁੰਦਾ। ਜਲਤੋ ਜਲਤੋ ਕਬੂ ਨੋ ਬੂਝਤ ਸਗਲ ਬਿਰਥੇ ਬਿਨ ਨਾਮਾ, ਇਹ ਜਲਦਾ ਪੁੱਜਦਾ ਸਾਰੇ ਇਹ ਕੰਮ ਧੰਦੇ ਵਿੱਚ ਉਲਝਾ ਕੇ ਆਪਣੇ ਜੀਵਨ ਨੂੰ, ਇਹਦੀ ਅੱਗ ਬੁੱਝਦੀ ਨਹੀਂ। ਸਗਲ ਬਿਰਥੇ ਬਿਨ ਨਾਮਾ, ਇਹ ਸਾਰੇ ਕਰਮ ਜਿਹੜੇ ਨੇ, ਜਿਹਨਾਂ ਜਿਹੜੇ ਸੁੱਖਾਂ ਦੀ ਲਾਲਚ ਵਿੱਚ ਕਰਦਾ ਹੈ, ਇਹ ਸਾਰੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਵਿਅਰਥ ਚਲੇ ਜਾਂਦੇ ਨੇ, ਇਸ ਨੂੰ ਇਸਦਾ ਕੋਈ ਫਲ ਨਹੀਂ ਮਿਲਦਾ। ਅਤੇ ਜਿਸ ਮਾਇਆ ਕਾਰਨ ਇਹ ਦੌੜਦਾ, ਉਸ ਮਾਇਆ ਲਈ ਬਾਣੀ ਕਹਿੰਦੀ ਹੈ, ਖਸਮ ਮਰੈ ਤੋ ਨਾਰ ਨਾ ਰੋਵੈ, ਇਸ ਮਾਇਆ ਦਾ ਹਰ ਬੰਦਾ ਪਤੀ ਬਣ ਕੇ ਰਹਿਣਾ ਚਾਹੁੰਦਾ। ਏਕ ਸੁਹਾਗਨ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ, ਇਹ ਮੋਹ ਮਾਇਆ ਰੂਪੀ ਇੱਕ ਐਸੀ ਨਾਰੀ ਹੈ, ਸਾਰੇ ਜੀਵ ਜੰਤ ਇਸਨੂੰ ਆਪਣੀ ਇਸਤਰੀ ਬਣਾ ਕੇ ਰੱਖਣਾ ਚਾਹੁੰਦੇ ਨੇ, ਇਸਤਰੀ ਦੀ ਤਰ੍ਹਾਂ ਰੱਖਣਾ ਚਾਹੁੰਦੇ ਨੇ, ਔਰਤ ਦੀ ਤਰ੍ਹਾਂ ਰੱਖਣਾ ਚਾਹੁੰਦੇ ਨੇ। ਏਕ ਸੁਹਾਗਨ ਜਗਤ ਪਿਆਰੀ, ਸਾਰੇ ਜਗਤ ਨੂੰ ਪਿਆਰੀ ਹੈ, ਸਗਲੇ ਜੀ ਜੰਤ ਕੀ ਨਾਰੀ, ਸਾਰੇ ਜੀ ਜੰਤ ਇਸਨੂੰ ਆਪਣੀ ਨਾਰੀ ਵਾਂਗ ਮੋਹ ਮਾਇਆ ਨੂੰ ਆਪਣੇ ਅਧੀਨ ਰੱਖਣਾ ਚਾਹੁੰਦੇ ਨੇ। ਪਰ ਹੁੰਦਾ ਕਿ ਇਹ ਖਸਮ ਮਰਿਆ ਤੋਂ ਨਾਰ ਨਾ ਰੋਵੈ, ਇਸ ਮਾਇਆ ਦਾ ਮਾਲਕ ਪਤੀ ਜਦੋਂ ਮਰਦਾ ਹੈ, ਮਾਇਆ ਕਦੇ ਰੋਂਦੀ ਨਹੀਂ, ਘਰ ਕੋਠੇ ਰੋਂਦੇ ਨਹੀਂ, ਵੀ ਛੱਡ ਕੇ ਚਲਾ ਗਿਆ ਜਿਹੜੇ ਇਤਨੀ ਮਿਹਨਤ ਕਰਕੇ ਉਸਨੇ ਬਣਾਏ ਹੁੰਦੇ ਨੇ, ਕਿਉਂ ਉਸ ਰਖਵਾਰੋ ਔਰੋ ਹੋਵੇ, ਕਿ ਉਸ ਮਾਇਆ ਦਾ ਰਾਖਾ ਕੋਈ ਹੋਰ ਬਣ ਜਾਂਦਾ, ਉਹਦਾ ਖਸਮ ਕੋਈ ਹੋਰ ਬਣ ਜਾਂਦਾ, ਪਿਤਾ ਗੁਜ਼ਰਿਆ ਪੁੱਤਰ ਅੱਗੇ ਹੀ ਵੰਡਾਂ ਕਰਨ ਲਈ ਤਿਆਰ ਨੇ, ਵੀ ਜਿਦਾ ਅਸੀਂ ਕਿਵੇਂ ਵੰਡੀਏ। ਰਖਵਾਰੇ ਕਾ ਹੋਏ ਵਿਨਾਸ਼, ਇਹ ਮਾਇਆ ਦਾ ਜੋ ਪਤੀ ਬਣ ਕੇ ਫਿਰਦਾ ਇਨਸਾਨ, ਇਹਦਾ ਵਿਨਾਸ਼ ਹੋ ਜਾਂਦਾ। ਆ ਗਿਆ ਨਰਕ ਇਹੋ ਭੋਗ ਬਿਲਾਸ, ਇੱਥੇ ਦੇ ਭੋਗ ਬਿਲਾਸਾਂ ਜ਼ਿੰਦਗੀ ਖੁਆਰ ਕੀਤੀ, ਅੱਗੇ ਜਾ ਕੇ ਨਰਕ ਹੀ ਭੋਗਦਾ। ਤੋ ਇਸ ਲਈ ਫਰੀਦ ਜੀ ਨੇ ਇਨਸਾਨ ਨੂੰ ਸੁਚੇਤ ਕੀਤਾ ਕਿ ਤੂੰ ਸਿਰਫ ਦੁਨੀਆਵੀ ਮੋਹ ਮਾਇਆ ਕਮਾਉਣ ਲਈ ਨਹੀਂ ਆਇਆ, ਤੂੰ ਪ੍ਰਭੂ ਦਾ ਨਾਮ ਕਮਾਉਣ ਲਈ ਆਇਆ, ਇਸ ਲਈ ਤੂੰ ਪਰਮਾਤਮਾ ਦੇ ਨਾਮ ਵਿੱਚ ਆਪਣੀ ਸੁਰਤੀ ਜੋੜ। ਜਲਨ ਬੁੱਝੀ ਸੀਤਲ ਪੇ ਮਨ ਤਨ ਉਪਜੀ ਸ਼ਾਂਤ, ਜਲਨ ਕਦੋਂ ਬੁੱਝੀ, ਕਦੋਂ ਮਨ ਤਨ ਸ਼ਾਂਤ ਹੁੰਦਾ ਹੈ। ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨਸੀ ਪ੍ਰਾਂਤ, ਜਦੋਂ ਪੂਰਨ ਪ੍ਰਭੂ ਮਿਲੇ, ਇਹ ਦੁਚਿੱਤੇਪਣ ਦੀ ਜਿਹੜੀ ਭਟਕਣਾ ਹੈ ਇਹ ਮੁੱਕ ਗਈ, ਔਰ ਮੇਰੇ ਹਿਰਦੇ ਵਿੱਚ ਠੰਡ ਵਰਤ ਗਈ। ਇਸ ਲਈ ਗੁਰੂ ਸਾਹਿਬ ਨੇ ਪਰਮਾਤਮਾ ਦੇ ਨਾਮ ਨੂੰ ਜੀਵਨ ਦਾ ਸਹੀ ਸਾਥੀ ਮੰਨਿਆ ਹੈ। ਐਸੋ ਸੁਹਾਈ ਹਰ ਕੋ ਨਾਮ, ਸਾਧ ਸੰਗਤ ਪਜ ਪੂਰਨ ਕਾਮ, ਕੇਵਲ ਪਰਮਾਤਮਾ ਨਾਮ ਸਾਧ ਸੰਗਤ ਮਿਲ ਕੇ ਜਪ, ਇਹ ਕੈਸਾ ਸਹਾਈ ਹੁੰਦਾ ਹੈ। ਬੜੀ ਸੋਹਣੀ ਮਿਸਾਲ ਦਿੱਤੀ, ਬੂਡਤ ਕੋ ਜੈਸੇ ਬੇੜੀ ਮਿਲਤ, ਜਿਵੇਂ ਡੁੱਬਦੇ ਨੂੰ ਬੇੜੀ ਮਿਲ ਜਾਏ।
ਬੂਝ ਤੇ ਦੀਪਕ ਮਿਲਤ ਤਿਲਤ, ਜਿਵੇਂ ਬੂਝਦੇ ਦੀਵੇ ਨੂੰ ਤੇਲ ਮਿਲ ਜਾਏ ਉਹਦੀ ਲਾਟ ਫਿਰ ਜਿਉਣ ਲੱਗਦੀ ਹੈ। ਜਲਤ ਅਗਨੀ ਮਿਲਤ ਨੀਰ, ਕਿਸੇ ਅੱਗ ਵਿੱਚ ਸੜਦੇ ਬੰਦੇ ਨੂੰ ਪਾਣੀ ਮਿਲ ਜਾਏ ਆਪਣੇ ਉੱਤੇ ਪਾਉਣ ਲਈ, ਉਸਨੂੰ ਕਿਤਨਾ ਆਨੰਦ ਮਿਲਦਾ ਹੈ। ਜੈਸੇ ਬਾਰਕ ਮੁੱਖੇ ਖੀਰ, ਜਿਵੇਂ ਇੱਕ ਬੱਚੇ ਭੁੱਖੇ ਬੱਚੇ ਨੂੰ, ਵਿਲਕਦੇ ਬੱਚੇ ਨੂੰ ਮਾਂ ਦਾ ਦੁੱਧ ਮਿਲ ਜਾਏ, ਐਸੋ ਸਿਖਾਈ ਹਰ ਕੋ ਨਾਮ। ਇਹ ਮਾਇਆ ਐਸੀ ਸਿਖਾਈ ਨਹੀਂ ਹੋ ਸਕਦੀ, ਇਸ ਕਿਸਮ ਦਾ ਸੁੱਖ ਮਾਇਆ ਨਹੀਂ ਦੇ ਸਕਦੀ ਜਿਸ ਕਿਸਮ ਦਾ ਪ੍ਰਭੂ ਦਾ ਨਾਮ ਦਿੰਦਾ। ਮੜ ਰੇ ਗੁਰਮੁਖ ਅਗਨ ਨਿਵਾਰ, ਇਸ ਲਈ ਮਾਇਆ ਅਗਨ ਨੂੰ ਆਪਣੇ 'ਚ ਦੂਰ ਕਰ। ਗੁਰੂ ਕਾ ਕਿਹਾ ਮਨ ਵਸੈ ਹੋਮੇ ਤ੍ਰਿਸ਼ਨਾ ਮਾਰ, ਗੁਰੂ ਦਾ ਕਿਹਾ ਆਪਣੇ ਮਨ ਵੀ ਵਸਾ ਕੇ ਇਹ ਹੋਮੇ ਰੂਪੀ ਤ੍ਰਿਸ਼ਨ ਨੂੰ ਮਾਰ। ਤੋ ਇਸ ਲਈ ਚੰਦਨ ਚੰਦਨਾ ਸਰਤ ਰੂਤ ਮੂਲ ਨਾ ਮਿਟੇ ਕਾਮ। ਚਾਂਦਨੀ ਬੜੀ ਠੰਡੀ ਹੁੰਦੀ ਹੈ, ਸਰਦੀਆਂ ਦੀ ਰੁੱਤ ਬੜੀ ਠੰਡੀ ਹੁੰਦੀ ਹੈ, ਚੰਦਨ ਬਹੁਤ ਠੰਡੀ ਹੁੰਦੀ ਹੈ। ਇਸਦਾ ਆਮ ਤੌਰ 'ਤੇ ਪੀਸ ਕੇ ਲੋਕ ਤਿਲਕ ਲਗਾਉਂਦੇ ਨੇ ਵੀ ਮਸਤਕ ਠੰਡਾ ਰਹੇ, ਪਰ ਮੂਲ ਨਾ ਮਿਟੇ ਕਾਮ। ਇਹਨਾਂ ਚੀਜ਼ਾਂ ਨਾਲ ਵੀ ਜਿਹੜੀ ਹਿਰਦੇ ਦੀ ਅਗਣ ਹੈ ਇਹ ਨਹੀਂ ਬੁਝਦੀ। ਸੀਤਲ ਥੀ ਵੈ ਨਾਨਕਾ ਜਪੰਦੜੋ ਹਰਨਾਮ, ਹੇ ਨਾਨਕ ਤੂੰ ਸੀਤਲ ਤਾਂ ਹੋਵੇਂਗਾ ਜੇ ਪ੍ਰਭੂ ਦਾ ਨਾਮ ਜਪੇ। ਇਸ ਲਈ ਇਹ ਸ਼ਬਦ ਜਿਹੜਾ ਹੈ, ਇਸ ਵਿੱਚ ਫਰੀਦ ਜੀ ਨੇ ਕਿਹਾ ਹੱਥ ਨਾਲ ਲਾਏ ਕਸੁੰਬੜਾ ਜਲ ਜਾਸੀ ਟੋਲਾ। ਮਾਇਆ ਰੂਪੀ ਕਸੁੰਬੇ ਵਿੱਚ ਆਪਣਾ ਜੀਵਨ ਉਲਝਾ ਕੇ ਨਾ ਰੱਖ, ਸਿਰਫ ਮਾਇਆ 'ਚ ਹੱਥ ਪਾ ਕੇ ਨਾ ਰੱਖ, ਤੇਰਾ ਜੀਵਨ ਖੁਆਰ ਹੋ ਜਾਊਗਾ। ਅਤੇ ਜੇ ਤੂੰ ਪਹਿਲੇ ਪੰਕਤੀ ਵਿੱਚ ਸ਼ਬਦ ਫਰੀਦ ਜੀ ਕਹਿ ਰਹੇ ਨੇ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲਾ ਤਬ ਤਰਨ ਦੋਹੇਲਾ। ਜੇ ਤੂੰ ਆਪਣੇ ਜੀਵਨ ਨੂੰ ਤਾਰਨ ਦੇ ਲਈ ਵੇਲੇ ਸਿਰ ਬੇੜਾ ਨਾ ਬੱਧਾ, ਪਰ ਸਰਵਰ ਜਬ ਉਛਲੈ, ਜਦੋਂ ਸਰੋਵਰ ਭਰ ਕੇ ਉਛਲਣ ਲੱਗ ਪਿਆ ਤਬ ਤਰਨ ਤੋਂ ਹਿੱਲਾ, ਫਿਰ ਤੇਰਾ ਤਰਨਾ ਔਖਾ ਹੋ ਜਾਏਗਾ। ਹੁਣ ਇੱਥੇ ਸਵਾਲ ਉੱਠਦਾ ਵੀ ਕਿਹੜਾ ਬੇੜਾ ਅਤੇ ਕਿਹੜਾ ਸਰੋਵਰ ਅਤੇ ਕਿਹੜੀਆਂ ਛੱਲਾਂ ਨੇ ਸਰੋਵਰ ਦੀਆਂ ਜਿਹੜੀਆਂ ਉਛਲਣਗੀਆਂ। ਤਾਂ ਇਹਦਾ ਜਵਾਬ ਗੁਰੂ ਨਾਨਕ ਪਾਤਸ਼ਾਹ ਸ਼ਬਦ ਵੀ ਦਿੰਦੇ ਨੇ, ਉਸ ਸ਼ਬਦ ਦੀ ਰਾਵ ਦੀ ਪੰਕਤੀ ਔਰ ਫਰੀਦ ਜੀ ਦੇ ਸ਼ਬਦ ਦੀ ਰਾਵ ਦੀ ਪੰਕਤੀ ਦੇਖੋ ਕਿਤਨਾ ਆਪਸੀ ਮੇਲ ਹੋ ਰਿਹਾ। ਐਸਾ ਲੱਗਦਾ ਹੈ ਗੁਰੂ ਨਾਨਕ ਸਾਹਿਬ ਪਾਸ ਫਰੀਦ ਜੀ ਦੀ ਇਹ ਬਾਣੀ ਮੌਜੂਦ ਸੀ ਅਤੇ ਉਸ ਸ਼ਬਦ ਵਿੱਚ ਫਰੀਦ ਜੀ ਨੇ ਇੱਕ ਮਾਇਆ ਵੇੜੇ ਇਨਸਾਨ ਦੇ ਜੀਵਨ ਦਾ ਨਕਸ਼ਾ ਖਿੱਚਿਆ ਸੀ ਅਤੇ ਗੁਰੂ ਸਾਹਿਬ ਨਾਮ ਰੰਗ ਵਿੱਚ ਰੰਗੇ ਇਨਸਾਨ ਦੇ ਜੀਵਨ ਦਾ ਨਕਸ਼ਾ ਖਿੱਚ ਕੇ ਦੋਵੇਂ ਪੱਖ ਜੀਵਨ ਦੇ ਸਾਹਮਣੇ ਰੱਖਦੇ ਨੇ ਕਿ ਨਾਮ ਜਪਣ ਵਾਲੇ ਬੰਦੇ ਦੀ ਜ਼ਿੰਦਗੀ ਕੈਸੀ ਹੁੰਦੀ ਹੈ ਔਰ ਮਾਇਆ ਵੇੜੇ ਇਨਸਾਨ ਦੀ ਜ਼ਿੰਦਗੀ ਕੈਸੀ ਹੁੰਦੀ ਹੈ। ਉਹ ਫਰੀਦ ਜੀ ਕਹਿ ਰਹੇ ਨੇ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਪੁੱਛਦਾ ਤਬ ਦਰਨ ਦੋਹੇਲਾ। ਇਸ ਸ਼ਬਦ ਦੀ ਰਾਵਤ ਬੰਦੀ ਕਹਿੰਦੇ ਨੇ ਹੱਥ ਨਾਲ ਲਾਏ ਕਸੁੰਬੜਾ ਜਲ ਜਾਸੀ ਢੋਲਾ, ਅਤੇ ਗੁਰੂ ਸਾਹਿਬ ਕਹਿੰਦੇ ਨੇ ਤੇਰਾ ਏਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਢੋਲਾ। ਦੇਖੋ ਲਫਜ਼ਾਂ ਦੀ ਕੈਸੀ ਪਿਆਰੀ ਸਾਂਝ ਹੈ, ਜਿਵੇਂ ਕਿ ਇੱਕ ਦੂਜੇ ਨਾਲ ਕੋਈ ਗੱਲਾਂ ਕਰ ਰਿਹਾ ਹੋਵੇ। ਤਾਂ ਗੁਰੂ ਜੀ ਕਹਿੰਦੇ ਨੇ ਤੇਰਾ ਏਕੋ ਨਾਮ ਮਜੀਠੜਾ, ਇੱਕ ਰੱਬ ਦਾ ਨਾਮ ਮਜੀਠ ਵਰਗਾ ਗੂੜਾ ਰੰਗ ਚੜ੍ਹਦਾ ਜ਼ਿੰਦਗੀ ਨੂੰ, ਤੇਰਾ ਏਕੋ ਨਾਮ ਮਜੀਠੜਾ ਸਦ ਰੰਗ ਢੋਲਾ। ਉਹ ਤਾਂ ਕਹਿੰਦੇ ਨੇ ਇਹ ਰੰਗ ਉੱਡ ਜਾਏਗਾ ਜਲ ਜਾਸੀ ਢੋਲਾ, ਅਤੇ ਗੁਰੂ ਜੀ ਕਹਿੰਦੇ ਨੇ ਸਦ ਰੰਗ ਢੋਲਾ, ਇਹ ਸਦਾ ਰੇ ਰੰਗ ਚੜ੍ਹਿਆ ਰਹਿੰਦੇ ਉਤਰਦਾ ਨਹੀਂ। ਹੁਣ ਫਰੀਦ ਜੀ ਕਹਿੰਦੇ ਨੇ ਵੇਲੇ ਸਿਰ ਤੂੰ ਬੇੜਾ ਨਹੀਂ ਬੰਧਾ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲਿਆ ਤਬ ਤਰਨ ਦੋਹੇਲਾ। ਜੇ ਤੂੰ ਸਰੋਵਰ ਭਰ ਕੇ ਉਛਲਿਆ ਤੇਰਾ ਤਰਨਾ ਮੁਸ਼ਕਿਲ ਹੋ ਜਾਵੇਗਾ। ਹੁਣ ਸਵਾਲ ਉੱਠਦਾ ਵੀ ਬੇੜਾ ਕਿਹੜਾ, ਅਤੇ ਗੁਰੂ ਸਾਹਿਬ ਕਹਿੰਦੇ ਨੇ ਬੇੜਾ ਜਪ ਤਪ ਕਾ ਬੰਦ ਬੇੜੂਲਾ ਜਿੱਤ ਲੰਘੇ ਵੇਲਾ, ਤੂੰ ਜਪ ਤਪ ਦਾ ਬੇੜਾ ਬਣਨਾ ਸੀ ਪਰ ਮਤਲਬ ਨਾਮ ਜਪਣਾ ਸੀ। ਗੁਰੂ ਦੀ ਬਾਣੀ ਅਨੁਸਾਰ ਇਹ ਬੜਾ ਔਖਾ ਜੀਵਨ ਹੈ, ਤਪ ਵਾਲਾ ਜੀਵਨ ਹੈ, ਬੜਾ ਮੁਸ਼ਕਿਲ ਹੈ ਬਿਰਈਓ ਤੂੰ ਬਚ ਕੇ ਇੱਕ ਸੁਚੱਜਾ ਜੀਵਨ ਜੀਣਾ, ਚੰਗੇ ਗੁਣਾਂ ਵਾਲਾ ਜੀਵਨ ਜੀਉਣਾ, ਬੜਾ ਤਪ ਹੈ। ਇਹ ਤੂੰ ਤਪ ਨਹੀਂ ਕੀਤਾ, ਜਪ ਤਪ ਕਾ ਬੰਧ ਬੇੜੂਲਾ, ਇਹ ਬੇੜਾ ਬਣ ਨਾ ਸਰਵਰ ਨਾ ਉਛਲਾ ਐਸਾ ਪੰਥ ਸੁਹੇਲਾ। ਤੇਰੇ ਸਾਹਮਣੇ ਸਰੋਵਰ ਨਹੀਂ ਆਉਣਾ ਗੋਤੇ ਲਾਉਣ ਵਾਲਾ ਉਛਲਣ ਵਾਲਾ, ਨਾ ਸਰਵਰ ਨਾ ਉਛਲਾ ਐਸਾ ਪੰਥ ਸੁਹੇਲਾ। ਤੇਰੀ ਜ਼ਿੰਦਗੀ ਦਾ ਪੰਥ, ਤੇਰੇ ਜੀਵਨ ਦਾ ਰਾਹ, ਤੇਰੀ ਜ਼ਿੰਦਗੀ ਜਿਉਣ ਦਾ ਇੱਕ ਢੰਗ ਐਸਾ ਖੂਬਸੂਰਤ ਹੋ ਜਾਏਗਾ, ਤੈਨੂੰ ਐਸਾ ਸੁਚੱਜਾ ਰਾਹ ਮਿਲ ਜਾਏਗਾ, ਉੱਥੇ ਤੇਰੇ ਅੱਗੇ ਸਰੋਵਰ ਨਹੀਂ ਆਉਣਾ, ਛੱਲਾਂ ਨਹੀਂ ਪੈਣੀਆਂ। ਕਿਹੜੀਆਂ ਛੱਲਾਂ? ਵਿਕਾਰਾਂ ਦੀਆਂ, ਮੋਹ ਮਾਇਆ ਦੀਆਂ, ਲਾਲਚ ਦੀਆਂ, ਬੁਰਾਈਆਂ ਦੀਆਂ, ਇਹ ਛੱਲਾਂ ਜਿਹਨਾਂ ਵਿੱਚ ਇਨਸਾਨ ਆਪਣਾ ਜੀਵਨ ਖੁਆਰ ਕਰ ਲੈਂਦਾ, ਆਪਣੇ ਆਪ ਨੂੰ ਡੋਬ ਲੈਂਦਾ ਇਸ ਬੁਰਾਈ ਦੇ ਵਿੱਚ, ਇਹ ਤੇਰੇ ਸਾਹਮਣੇ ਆਉਣੀਆਂ ਹੀ ਨਹੀਂ ਕਿ ਤੇਰਾ ਮਨ ਉੱਧਰ ਭਟਕਣਾ ਹੀ ਨਹੀਂ, ਤੇਰੇ 'ਚੋਂ ਲਾਲਚਾਂ ਰਹਿਣੀਆਂ ਨਹੀਂ। ਤਾਂ ਕੈਸਾ ਸੋਹਣਾ ਜਵਾਬ ਦਿੱਤਾ ਕਿ ਇਹ ਨਾਮ ਦਾ ਬੇੜਾ ਬੰਨਣਾ ਸੀ ਉਹ ਤੂੰ ਨਹੀਂ ਬੱਧਾ, ਤੂੰ ਸਿਰਫ ਮਾਇਆ ਨੂੰ ਹੱਥ ਪਾ ਕੇ ਬੈਠਾ ਰਹੇ। ਤਿਤ ਸਰਵਰ ਭੇਲੇ ਨਿਵਾਸਾ, ਇਨਸਾਨ ਦਾ ਇੱਕ ਐਸੇ ਸੂਰਜ ਨਿਵਾਸ ਹੈ। ਪੰਕਜ ਮੋਹ ਪੱਗ ਨਹੀਂ ਚੱਲ ਹੈ, ਜਿਹਦੇ ਵਿੱਚ ਮੋਹ ਰੂਪੀ ਚਿੱਕੜ ਰੂਪੀ ਇਹ ਮੋਹ ਮਾਇਆ ਹੈ ਅਤੇ ਤ੍ਰਿਸ਼ਨਾ ਰੂਪੀ ਅੱਗ ਹੈ। ਪੰਕਜ ਮੋਹ ਪੱਗ ਨਹੀਂ ਚੱਲ ਹੈ, ਹਮ ਦੇਖਾ ਤੇ ਡੁੱਬੀ ਚੱਲੇ, ਮੇਰੇ ਦੇਖਦੇ ਹਾਂ ਸਾਰੀ ਦੁਨੀਆ ਇਸ ਬੁਰਾਈ ਵੀ ਡੁੱਬਦੀ ਜਾ ਰਹੀ ਹੈ, ਮੋਹ ਮਾਇਆ ਵੀ ਡੁੱਬਦੀ ਜਾ ਰਹੀ ਹੈ। ਮਨਮੁਖ ਅਗਿਆਨ ਕੁਮਾਰਗ ਪਾਏ, ਮਨਮੁਖ ਬੰਦਾ ਕੁਮਾਰਗ ਭੈੜੇ ਮਾਰਗ 'ਤੇ ਪੈ ਰਹਿੰਦਾ, ਹਰ ਨਾਮ ਵਿਸਾਰਿਆ ਬੋ ਕਰਮ ਦ੍ਰਿੜਾਏ, ਭਜਲ ਡੁੱਬੇ ਦੂਜੇ ਪਾਏ। ਉਹ ਸੰਸਾਰ ਨੂੰ ਡੁੱਬ ਜਾਂਦਾ ਕਿਉਂਕਿ ਪ੍ਰਭੂ ਦਾ ਪਿਆਰ ਨਹੀਂ, ਦੂਜੇ ਪਾਉ ਮੋਹ ਮਾਇਆ ਦੇ ਪਿਆਰ ਵਿੱਚ ਉਹ ਆਪਣੇ ਜੀਵਨ ਨੂੰ ਖੁਆਰ ਲੈਂਦਾ। ਦੂਜੀ ਛੋਟ ਕੁਆਟੜੀ ਇੱਕੀਸੂ ਚਿਤਲਾ, ਵਾਟ ਮੈਨੇ ਉਹਦਾ ਰਸਤਾ ਅਤੇ ਕੁਆਟੜੀ ਮੈਨੇ ਭੈੜਾ ਰਸਤਾ, ਜ਼ਿੰਦਗੀ ਦਾ ਬੁਰਾ ਰਸਤਾ ਛੱਡ ਦੇ।
ਬੁਰੇ ਕਰਮਾਂ ਵਾਲੀ ਜ਼ਿੰਦਗੀ ਛੱਡ ਦੇ। ਦੂਜੀ ਛੋਟ ਕੂ ਆਟੜੀ, ਇੱਕ ਕਿਸਿਓ ਚਿੱਤ ਲਾਏ, ਇੱਕ ਰੱਬ ਨਾਲ ਚਿੱਤ ਜੋੜ ਲੈ, ਦੂਜਾ ਭਾਵੀ ਨਾਨਕਾ ਵਹਿ ਨਾ ਲੋੜ ਅੰਦਰੇ ਜਾਏ। ਹੇ ਨਾਨਕ, ਇਸ ਦੂਜੇ ਪਾਸੇ ਪਈ ਹੋਈ ਦੁਨੀਆ ਇਹ ਇਸ ਵਹਿਣ ਵਿੱਚ ਰੁੜਦੀ ਜਾਂਦੀ, ਮੈਂ ਦੇਖ ਰਿਹਾ ਕਿ ਦੁਨੀਆ ਰੁੜ ਰਹੀ ਹੈ ਬੁਰਾਈਆਂ ਦੇ ਵਿੱਚ। ਤੂੰ ਇਸ ਪਾਸੇ ਨਾ ਰੁੜੀ, ਤੂੰ ਆਪਣੇ ਆਪ ਨੂੰ ਬਚਾ ਲੈ। ਸ਼ਬਦ ਦੀ ਦੂਸਰੀ ਪੰਕਤੀ ਵਿੱਚ ਫਰੀਦ ਜੀ ਕਹਿ ਰਹੇ ਨੇ, ਇੱਕ ਆਪੀ ਨੇ ਪਤਲੀ ਸ਼ਹਿ ਕੇ ਰੇ ਬੋਲਾ, ਦੂਦਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ। ਇੱਕ ਆਪੀ ਨੇ ਪਤਲੀ, ਇਹ ਜੀਵਾਤਮ ਰੂਪੀ ਇਸਤਰੀ ਇੱਕ ਆਪਣੇ ਜੀਵਨ ਵਿੱਚ ਕਮਜ਼ੋਰ ਰਹਿ ਜਾਂਦੀ ਹੈ, ਪਤਲੀ ਰਹਿ ਜਾਂਦੀ ਹੈ। ਸ਼ਹਿ ਕੇ ਰੇ ਬੋਲਾ, ਸ਼ਹਿ ਕਹਿੰਦੇ ਨੇ ਮਾਲਕ ਖਸਮ ਪਰਮਾਤਮਾ ਨੂੰ, ਰੇ ਬੋਲ ਨਰਾਦਰੀ ਦੇ ਬੋਲ, ਰੇ ਰੇ ਦਰਗਾਹ ਕਹਿ ਨਾ ਕੋਈ। ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਦਰਗਾਹ ਵਿੱਚ ਕੋਈ ਰੇ ਰੇ ਦੇ ਬੋਲ, ਬੇਇੱਜ਼ਤੀ ਵਾਲੇ ਬੋਲ ਨਸੀਬ ਨਹੀਂ ਹੁੰਦੇ। ਅਤੇ ਜਿਹੜੀਆਂ ਪਤਲੀਆਂ ਰਹਿ ਗਈਆਂ ਜੀਵਾਤਮਾ, ਜਿਹਨਾਂ ਨੇ ਨਾਮ ਦੀ ਕਮਾਈ ਨਹੀਂ ਕੀਤੀ, ਜਿਹਨਾਂ ਦਾ ਜੀਵਨ ਕਮਜ਼ੋਰ ਰਹਿ ਗਿਆ, ਵਿਕਾਰੀ ਜੀਵਨ ਰਹਿ ਗਿਆ, ਸ਼ਹਿ ਕੇ ਰੇ ਬੋਲਾ, ਉਹਨਾਂ ਨੂੰ ਪਰਮਾਤਮਾ ਦੇ ਰੇ ਰੇ ਦੇ ਬੋਲ, ਬੇਅਦਬੀ ਦੇ ਬੋਲ ਨਸੀਬ ਹੁੰਦੇ ਨੇ ਪ੍ਰਭੂ ਦੀ ਦਰਗਾਹ ਵਿੱਚ। ਦੁੱਧਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ। ਦੁੱਧਾ ਥਣੀ ਤੋਂ ਭਾਵ ਹੈ ਔਰਤ ਦੀ ਛਾਤੀ ਵਿੱਚ ਦੁੱਧ ਕਦੋਂ ਆਉਂਦਾ ਹੈ? ਜਦੋਂ ਉਹ ਪਤੀ ਵਾਲੀ ਸੁਹਾਗਣ ਬਣਦੀ ਹੈ, ਪੁੱਤਰ ਵਾਲੀ ਬਣਦੀ ਹੈ, ਉਹਦੀ ਛਾਤੀ ਬੱਚੇ ਲਈ ਦੁੱਧ ਆਉਂਦਾ ਹੈ। ਯਾਨੀ ਪ੍ਰਭੂ ਪਤੀ ਮੇਲ ਦਾ ਇੱਕ ਸੰਬੰਧ ਦਾ ਇੱਕ ਸਾਧਨ ਹੈ, ਇੱਕ ਇੱਕ ਜ਼ਰੀਆ ਹੈ, ਇੱਕ ਸੰਕੇਤ ਹੈ। ਤੋ ਇਨਸਾਨ ਦਾ ਵੀ ਪ੍ਰਭੂ ਦੀ ਉਹ ਮੇਲ ਵਾਲੀ ਅਵਸਥਾ ਤਦੋਂ ਹੀ ਬਣਦੀ ਹੈ ਜਦੋਂ ਉਹ ਨਾਮ ਜਪੇ, ਨਹੀਂ ਤਾਂ ਉਹ ਪਤਲਾ ਜੀਵਨ ਰਹਿ ਜਾਂਦਾ, ਜੀਵਨ ਕਮਜ਼ੋਰ ਰਹਿ ਜਾਂਦਾ, ਨਾਮੀ ਜੀਵਨ ਜਿਹੜਾ ਹੈ ਉਹ ਨਹੀਂ ਬਣਦਾ। ਇੱਕ ਜਗ੍ਹਾ ਗੁਰੂ ਸਾਹਿਬ ਨੇ ਬੜਾ ਸੋਹਣਾ ਕਿਹਾ ਵੀ ਕਮਜ਼ੋਰ ਜੀਵਨ ਕਿਹੜੇ ਨੇ? ਮੂੰਦ ਰਹਿਣ ਤੋਂ ਹੇਲੜੀ ਆ ਜੀਓ ਨੀਂਦ ਨਾ ਆਵੇ। ਜਿਸ ਇਸਤਰੀ ਨੂੰ ਪਤੀ ਦੇ ਵਿਛੋੜੇ ਵਿੱਚ ਨੀਂਦ ਨਹੀਂ ਆਉਂਦੀ, ਸਾਹ ਤਨ ਦੁਬਲੀ ਆ ਜੀਓ ਪਿਰਕਾ ਹਾਵੇ, ਉਹ ਆਪਣੇ ਪਤੀ ਦੇ ਵਿਛੋੜੇ ਵਿੱਚ ਕਮਜ਼ੋਰ ਹੋ ਜਾਂਦੀ ਹੈ, ਦੁੱਖ ਸਹਿ ਸਹਿ ਕੇ ਵਿਛੋੜੇ ਵਿੱਚ ਸਾਹ ਤਨ ਦੁਬਲੀ ਆ, ਉਹ ਔਰਤ ਦੁਬਲੀ ਰਹਿ ਜਾਂਦੀ ਹੈ, ਪਤਲੀ ਰਹਿ ਜਾਂਦੀ ਹੈ, ਪਿਰਕੇ ਹਾਵੈ ਆਪਣੇ ਪਤੀ ਦੇ ਵਿਛੋੜੇ ਵਿੱਚ। ਤਨ ਥੀ ਦੁਬਲ ਕੰਧ ਖਾਵੈ ਕੇਵ ਨੈਣੀ ਦੇਖੈ, ਆਪਣੀ ਅੱਖਾਂ ਨਾਲ ਤਰਸੀ ਕਿ ਮੈਂ ਕਦੋਂ ਆਪਣੇ ਸੁਹਾਗ ਨੂੰ ਦੇਖਾਂ, ਆਪਣੇ ਪਤੀ ਨੂੰ ਦੇਖਾਂ, ਮੈਂ ਦੁਬਲੀ ਰਹਿ ਗਈ ਹਾਂ, ਕਮਜ਼ੋਰ ਰਹਿ ਗਈ ਹਾਂ। ਸ਼ਿੰਗਾਰ ਮਿੱਠ ਰਸ ਭੋਗ ਭੋਜਨ ਸਭ ਚੂੜ ਕੇ ਤਰ੍ਹਾਂ ਲੇਖਾ, ਉਹਦੇ ਹਾਰ ਸ਼ਿੰਗਾਰ ਮਿੱਠੇ ਭੋਜਨ ਪਦਾਰਥ ਦੇ ਕਿਸੇ ਲੇਖੇ ਨਹੀਂ ਗਿਣਦੀ। ਕਹਿੰਦੀ ਨਹੀਂ, ਮੈਨੂੰ ਪਤੀ ਮਿਲੋ ਆਪ ਚਾਹੀਦਾ, ਮੈਨੂੰ ਵਿਛੜੋ ਦੂਰ ਹੋਣਾ ਚਾਹੀਦਾ। ਮੈਂ ਮਤ ਜੋਬਨ ਗਰਭ ਗਾਲੀ ਦੁੱਧਾ ਥਣਿਆ, ਮਿਸਾਲ ਦੇ ਕਿ ਮੇਰੀ ਮਤ ਜਿਹੜੀ ਹੈ, ਮੇਰਾ ਜਿਹੜੀ ਜਵਾਨੀ ਹੈ, ਇਹ ਮੋਹ ਮਾਇਆ ਦੇ ਨਸ਼ੇ ਵਿੱਚ ਗਲਤਾਨ ਹੈ, ਇਸ ਕਾਰਨ ਮੇਰਾ ਪ੍ਰਭੂ ਮਿਲਾਪ ਨਹੀਂ ਹੋਇਆ। ਅਤੇ ਪ੍ਰਭੂ ਦੇ ਵਿਛੋੜੇ ਵਿੱਚ ਜਿਵੇਂ ਇੱਕ ਔਰਤ ਕਮਜ਼ੋਰ ਰਹਿ ਜਾਂਦੀ ਹੈ, ਆਪਣੇ ਆਪ ਨੂੰ ਦੁਖੀ ਮਹਿਸੂਸ ਕਰਦੀ ਹੈ, ਮੈਂ ਵੀ ਦੁਖੀ ਮਹਿਸੂਸ ਕਰ ਰਹੀ ਹਾਂ ਕਿ ਮੈਨੂੰ ਪ੍ਰਭੂ ਮਿਲਾਪ ਪ੍ਰਾਪਤ ਨਹੀਂ ਹੋਇਆ, ਮੈਂ ਤਾਂ ਮੋਹ ਵਿੱਚ ਆਪਣਾ ਜੀਵਨ ਉਲਝਾ ਕੇ ਕਮਜ਼ੋਰ ਕਰ ਲਿਆ। ਤੋ ਇਹ ਸੀ ਇੱਕ ਮਿਸਾਲ ਕਿ ਦੁੱਧਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ। ਆਖਿਰ ਤਾਂ ਕਹਿੰਦੇ ਨੇ ਕਹਿ ਫਰੀਦ ਸਹੇਲੀਓ ਸ਼ਹਿ ਅਲਾਇਸੀ, ਫਰੀਦ ਜੀ ਆਖਿਰ ਤਾਂ ਕਹਿੰਦੇ ਨੇ ਕਿ ਸਹੇਲੀਓ, ਇਹ ਮੇਰੀਆਂ ਸਤਸੰਗੀ ਸਹੇਲੀਓ, ਸ਼ਹਿ ਅਲਾਇਸੀ, ਮਾਲਕ ਤੁਹਾਨੂੰ ਬੁਲਾਏਗਾ ਇੱਕ ਦਿਨ, ਸੰਸਾਰ ਸਦਾ ਨਹੀਂ ਰਹਿਣਾ, ਸ਼ਹਿ ਅਲਾਇਸੀ ਆਵਾਜ਼ ਮਾਰੇਗਾ, ਹੰਸ ਚੱਲ ਸੀ ਡੁੰਮਣਾ, ਉਸ ਵੇਲੇ ਜੀਵਾਤਮਾ ਰੂਪੀ ਹੰਸ ਤੜਫਦਾ ਹੋਇਆ ਦੁਨੀਆ ਤੋਂ ਜਾਏਗਾ, ਕਿਉਂਕਿ ਦੁਨੀਆ ਛੱਡਣਾ ਨਹੀਂ ਚਾਹੇਗਾ, ਅੱਗੇ ਆਏ ਹੁਕਮ ਨੂੰ ਕੋਈ ਮੋੜ ਨਹੀਂ ਸਕਦਾ। ਹੰਸ ਚੱਲ ਸੀ ਡੁੰਮਣਾ, ਇਹ ਤਨ ਢੇਰੀ ਥੀ ਸੀ, ਇਹ ਤਨ ਨੇ ਸੁਆਹ ਹੋ ਜਾਣਾ, ਢੇਰੀ ਹੋ ਜਾਣਾ, ਇਹੋ ਜਿਹਾ ਨਕਸ਼ਾ ਪੰਜੇ ਪਾਤਸ਼ਾਹ ਜੀ ਨੇ ਖਿੱਚਿਆ, ਜਿਤੇ ਦਿਨ ਦੇਹ ਬਿਨਸ ਸੀ ਤਿਤੇ ਵੇਲਾ ਕੈਸਨ ਪ੍ਰੇਤ, ਪਕੜ ਚਲਾਇਣ ਦੂਤ ਜੰਮ ਕਿਸਾ ਨਾ ਦੇਣੀ ਭੇਤ। ਜਦੋਂ ਮੌਤ ਆਈ ਦੂਤ ਪਕੜ ਕੇ ਲੈ ਜਾਣਗੇ, ਉਹ ਕਿਸੇ ਨੂੰ ਭੇਤ ਨਹੀਂ ਦਿੰਦੇ ਸੀ, ਲੈਣ ਆਇਆ ਹੱਥ ਮਰੋੜੇ ਤਨ ਕੱਪੇ ਸਿਉਂ ਹੋਇਆ ਸਿਹਤ, ਹੱਥ ਮਲੇਗਾ ਤਨ ਦੁਖੀ ਹੋਏਗਾ, ਰੰਗ ਕਦੇ ਸਿਆਹ ਦੇ ਕਦੇ ਚਿੱਟਾ, ਚਿਹਰੇ ਦੇ ਰੰਗ ਉੱਡ ਜਾਣਗੇ। ਜੋ ਬੀਜਾ ਸੋ ਲੂਣਾ ਕਰਮਾਂ ਸੰਦਲਾ ਖੇਤ, ਜੈਸਾ ਬੀਜਿਆ ਵੈਸਾ ਕੱਟਣਾ ਪਵੇਗਾ, ਕਰਮਾਂ ਦਾ ਖੇਤ ਹੈ। ਇਸ ਲਈ ਭਾਈ ਇੱਥੇ ਆ ਕੇ ਇਸ ਇਹਨਾਂ ਦੋਵਾਂ ਸ਼ਬਦਾਂ 'ਚੋਂ ਸਾਨੂੰ ਇਹ ਗਿਆਨ ਮਿਲਦਾ ਹੈ ਕਿ ਇਹ ਦੋ ਤਰ੍ਹਾਂ ਦਾ ਜੀਵਨ ਹੈ, ਇੱਕ ਨਾਮੀ ਜੀਵਨ ਭਗਤੀ ਪਾਵਲਾ ਰੱਬ ਦੇ ਰੰਗ ਵਿੱਚ ਰੰਗ ਕੇ, ਦੂਜਾ ਮੋਹ ਮਾਇਆ ਦੇ ਰੰਗ ਵਿੱਚ ਰੰਗ ਕੇ। ਮੋਇਆ ਮਾਇਆ ਰੰਗੇ ਜੀਵ ਆਖਿਰ ਤੇ ਹੰਸ ਚੱਲ ਸੀ ਡੁੰਮਣਾ, ਇਹ ਤਨ ਢੇਰੀ ਥੀ ਸੀ, ਤਨ ਢੇਰੀ ਹੋ ਜਾਣਾ, ਪਰ ਜੀਵ ਆਤਮਾ ਦੁਖੀ ਹੋ ਕੇ ਸੰਸਾਰ ਤੋਂ ਜਾਂਦਾ। ਅਤੇ ਨਾਮ ਜਪਣ ਵਾਲਾ ਬੰਦਾ ਜਿਹੜਾ ਹੈ ਉਹ ਆਨੰਦਮਈ ਜੀਵਨ, ਇਹ ਜ਼ਿੰਦਗੀ ਵੀ ਸੁਖਦੀ ਗੁਜ਼ਾਰ ਲੈਂਦਾ ਅਤੇ ਪ੍ਰਭੂ ਦੇ ਚਰਨਾਂ 'ਚ ਜਾ ਕੇ ਉਸਨੂੰ ਨਿਵਾਸ ਹੁੰਦਾ। ਅਨੇਕ ਵਿਚਾਰ ਇਸ ਸ਼ਬਦ ਦੇ ਰਹੇ ਅਸੀਂ ਸਾਂਝੇ ਕੀਤੇ ਨੇ, ਵਿਚਾਰ ਕਰਦੇ ਅਨੇਕ ਭੁੱਲ ਗਲਤੀਆਂ ਹੋ ਸਕਦੀਆਂ ਨੇ, ਸਾਧ ਸੰਗਤ ਜੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।